भली बधू करी संत संग कभी
सखनिया ऊच भवन
मोरे कुंडल गल मोतियन की माला कानी कुंडल गल मोतियन की माला लाल निहाली फूल बुलाला बिन हार बिन हर नाम कहाँ सुख वाला ऊंच भवन कान कुंडलिया कान कुंडलिया वस्त्र उड़लिया जड़त कुंडलियां पाईया होन बड़ियां खूबसूरत कीमती पोशाकां पहन दा होवे कान कुंडलिया बसर उड़ालिया सेज सुखलिया मन गर्वलिया तले कुचरिया सवारी ली थले हाथी होवे कुंचरिया हाथी तले कुचरिया सिर कनक छतरिया सिर ते सोने दा छतर चुलदा होवे तले कुंचरिया सिर कनक छतरिया जे जुग चारे आर जा जे जुग चारे आर जा होर दुसूनी हो नवा खंडा बिच जानी है नवा खंडा बिच जानी सब को चंगा नाम रखाएंगे चंगा नाम रखाएंगे जस कीर्त जागले इन्ना कुछ होने के बावजूद जे तिस नदर ना आवई सुंदर सेज अनेक सुख सुंदर सेज अनेक सुख रस भोगन पूरे ग्रह सोयन सोने दे माल ग्रह सोयन चंदन सुगंध लाए मोती सोने दे घर
ਚੰਦਨ ਦੀਆਂ ਸੁਗੰਧੀਆਂ ਤੇ ਮਹਲ ਹੀਰਿਆਂ ਨਾਲ ਜੜਤ ਗ੍ਰਹਿ ਸੋਏਨ ਚੰਦਨ ਸੁਗੰਧ ਲਾਏ ਮੋਤੀ ਮਨ ਇੱਛੇ ਸੁਖ ਮਾਨਦਾ ਮਨ ਇੱਛੇ ਸੁਖ ਮਾਨਦਾ ਕਿਛ ਨਾ ਹੈ ਵਿਸੂਰੇ ਪਰ ਹਰ ਪ੍ਰਭ ਚਿਤ ਨਾ ਆਵੇ ਹਰ ਪ੍ਰਭ ਚਿਤ ਨਾ ਆਵੇ ਵਿਸ਼ਟਾ ਕੇ ਕੀਰੇ ਉੱਚ ਭਵਨ ਇੱਕ ਅਜੀਬ ਕਿਸਮ ਦਾ ਸਵਾਲ ਬਾਬਾ ਕਬੀਰ ਜੀ ਨੇ ਸਾਡੇ ਸਾਹਮਣੇ ਰੱਖ ਦਿੱਤਾ ਤੇ ਫੈਸਲਾ ਅਸੀਂ ਕਰਨਾ ਹੈ ਬੜੇ ਦਿਲ ਜਿਗਰੇ ਨਾਲ ਫੈਸਲਾ ਹੋਣਾ ਹੈ ਜਿਸ ਦੁਨੀਆਂ ਵਿੱਚ ਜਿਸ ਸੰਸਾਰ ਵਿੱਚ ਅੱਜ ਅਸੀਂ ਰਹਿ ਰਹੇ ਹਾਂ ਇਸ ਸੰਸਾਰ ਦੀ ਜਿਹੜੀ ਅਜੋਕੀ ਜੀਵਨ ਸ਼ੈਲੀ ਹੈ ਜੇ ਅਸੀਂ ਇਸ ਸੰਸਾਰ ਕੋਲੋਂ ਕੋਈ ਰਾਏ ਮੰਗਾਂਗੇ ਕਿ ਕੀ ਫੈਸਲਾ ਕਰੀਏ ਬੜੀ ਉਲਝਣ 'ਚ ਫਸ ਜਾਵਾਂਗੇ ਗੱਲ ਬਣਨੀ ਨਹੀਂ ਕਬੀਰ ਜੀ ਦੇ ਸਾਡੇ ਵਿਚਾਰ ਨਹੀਂ ਮਿਲਣੇ ਤੇ ਵਿਸ਼ਵਾਸ ਕਰਿਓ ਕਬੀਰ ਜੀ ਦੇ ਸਾਡੇ ਵਿਚਾਰ ਨਾ ਮਿਲਣ ਦਾ ਮਤਲਬ ਹੈ ਗੁਰੂ ਦੇ ਸਾਡੇ ਵਿਚਾਰ ਨਹੀਂ ਮਿਲਣੇ ਬਾਬਾ ਕਬੀਰ ਸਾਡੇ ਕੋਲ ਇੱਕ ਸਵਾਲ ਰੱਖ ਕੇ ਜਵਾਬ ਮੰਗਦੇ ਨੇ ਕਹਿੰਦੇ ਨੇ ਇੱਕ ਪਾਸੇ ਰਾਜ ਭਾਗ ਦੁਨੀਆ ਦੀ ਸ਼ੋਹਰਤ ਸੰਸਾਰ ਦੇ ਸੁੱਖ ਤੇ ਦੂਜੇ ਪਾਸੇ ਦਰ ਦਰ ਤੋਂ ਥੋੜੀ ਥੋੜੀ ਰੋਟੀ ਇਕੱਠੀ ਕਰਕੇ ਮਧੂਕਰੀ ਉਹਨੂੰ ਕਹਿੰਦੇ ਨੇ ਮਧੂਕਰੀ ਦਾ ਅੱਖਰੀ ਅਰਥ ਹੈ ਜਦੋਂ ਕੋਈ ਮੰਗਣ ਚੜ੍ਹਦਾ ਇਹਨਾਂ 'ਤੇ ਘਰ ਘਰ ਤੋਂ ਥੋੜ੍ਹੀ ਥੋੜ੍ਹੀ ਕਰਕੇ ਚੀਜ਼ ਵਸਤੂ ਇਕੱਠੀ ਕਰਦਾ ਸਾਡੀਆਂ ਧਰਮਸ਼ਾਲਾ ਗੁਰਦੁਆਰਿਆਂ ਵਿੱਚ ਵੀ ਇਹ ਰਿਵਾਜ਼ ਹੋ ਗਿਆ ਸੀ ਪਿੰਡਾਂ ਵਿੱਚ ਮਧੂਕਰੀ ਇਕੱਠੀ ਕਰਨੀ ਉਸ ਥੋੜ੍ਹੇ ਥੋੜ੍ਹੇ ਭੋਜਨ ਨੂੰ ਇਕੱਠਾ ਥਾਂ ਥਾਂ ਤੋਂ ਇਕੱਠਾ ਕਰਨ ਦਾ ਨਾਂ ਮਧੂਕਰੀ ਹੁੰਦਾ ਸੀ ਹਾਲਾਂਕਿ ਗੁਰਬਾਣੀ ਨੇ ਬੜੀ ਡੀਪਲੀ ਇੱਕ ਗੱਲ ਕਹੀ ਕਹਿਣ ਲੱਗੇ ਸੰਸਾਰ ਦਾ ਜਿੰਨਾ ਦੁੱਖ ਹੈ ਉਹ ਤਾਂ ਹੈ ਦਾਅਵਿਆਂ ਨਾਲ ਮਨੁੱਖ ਹਰ ਗੱਲ 'ਤੇ ਦਾਅਵੇ ਕਰਦਾ ਜੇ ਮੈਂ ਕਰਨਾ ਤਾਂ ਦੂਜਾ ਵੀ ਕਰਦਾ ਤੇ ਜਦੋਂ ਕਿਸੇ ਚੀਜ਼ ਦੇ ਦੋ ਦਾਅਵੇਦਾਰ ਪੈਦਾ ਹੋ ਜਾਣ ਝਗੜਾ ਹੋ ਜਾਂਦਾ ਇਖਤਲਾਫ ਕੀ ਹੈ ਦੁਨੀਆ ਦਾ ਸੁੱਖਾਂ ਦੇ ਦਾਅਵੇਦਾਰ ਬਹੁਤੇ ਨੇ ਉਹਨੇ ਸੁੱਖ ਨਹੀਂ ਜਿੰਨੇ ਦਾਅਵੇਦਾਰ ਨੇ
मिनिस्ट्री दी एक कुर्सी हुंदी है उस कुर्सी नूं प्राप्त करन लई इलेक्शन लड़न वाले किन्ने क लोग ने जिहड़े उत्थे अर्जियां दिंदे ने ਉਹ ਸਾਰੇ ਹੀ ਦਾਅਵੇਦਾਰ ਹੁੰਦੇ ਨੇ। ਇਸੇ ਲਈ ਇਲੈਕਸ਼ਨ ਨੂੰ ਲੜਨਾ ਆਖਿਆ ਗਿਆ। ਫਲਾਣਾ ਇਲੈਕਸ਼ਨ ਲੜ ਰਿਹਾ ਹੈ, ਹੈ ਸ਼ਬਦਾਵਲੀ ਜਿਹੜੀ ਹੈ ਕਿਸੇ ਗੱਲ ਤੋਂ ਬਣਦੀ। ਇਲੈਕਸ਼ਨ ਦਾ ਨਾਂ ਲੜਨਾ ਕਿਉਂ ਹੈ? ਕਿਉਂਕਿ ਲੜਨਾ ਹੈ ਤੇ ਲੜਨ ਵਾਲੇ ਨੇ ਆਪਣਾ ਦਾਅਵਾ ਜਿੱਤ ਲੈਣਾ। ਹੁਣ ਰਾਜ ਲਈ ਸੁੱਖਾਂ ਲਈ ਦਾਵਾ ਹੈ ਤੇ ਦਾਵਾ ਸੰਸਾਰ ਦਾ ਕਲੇਸ਼ ਹੈ, ਲੜਾਈ ਹੈ। ਤੇ ਮਧੂਕਰੀ ਜਿਹੜੀ ਹੈ ਇੱਥੇ, ਹੁਣ ਦੇਖੋ ਬਾਬਾ ਕਬੀਰ ਜੀ ਨੇ ਇੱਕ ਹੋਰ ਥਾਂ ਤੇ ਬੜੀ ਖੂਬਸੂਰਤ ਗੱਲ ਆਖੀ, ਜਿਹੜਾ ਮਧੂਕਰੀ ਵਾਲਾ ਹੈ ਉਹਦਾ ਤੇ ਕੋਈ ਦਾਵਾ ਹੀ ਨਹੀਂ। ਕਬੀਰ ਭਲੀ ਮਧੂਕਰੀ ਨਾਨਾ ਬਿਦ ਕੋ ਨਾਜ, ਤਰ੍ਹਾਂ ਤਰ੍ਹਾਂ ਦਾ ਅਨਾਜ, ਉੱਥੇ ਆਪੇ ਦੀ ਮਨ ਦੀ ਕੋਈ ਇੱਛਾ ਵੀ ਖਤਮ, ਇਹ ਵੀ ਦਾਵਾ ਖਤਮ ਹੋ ਗਿਆ ਕਿ ਮੈਂ ਆਹ ਚਾਹੁੰਦਾ। ਜਿਹਨੇ ਮਧੂਕਰੀ ਮੰਗਣੀ ਹੈ ਉਹ ਇਹ ਤਾਂ ਨਹੀਂ ਨਾ ਕਹਿ ਸਕਦਾ ਕਿ ਅੱਜ ਮੈਂ ਆਹ ਖਾਣਾ ਖਾਣਾ ਹੈ, ਜਿਹੜਾ ਮਿਲ ਗਿਆ ਇੱਥੋਂ ਕੁਝ ਹੋਰ ਮਿਲਣਾ, ਅੱਗੋਂ ਕੁਝ ਹੋਰ ਮਿਲਣਾ, ਅੱਗੋਂ ਕੁਝ ਹੋਰ, ਉਹ ਸਾਰਾ ਇਕੱਠਾ ਹੋ ਹੀ ਜਾਂਦਾ, ਕੋਈ ਵੀ ਇੱਕ ਟੇਸਟ ਹੁੰਦਾ ਨਹੀਂ ਰਹਿੰਦਾ। ਬਾਬਾ ਕਬੀਰ ਜੀ ਨੇ ਆਖ ਦਿੱਤਾ, ਕਹਿਣ ਲੱਗੇ ਕਬੀਰ ਭਲੀ ਮਧੂਕਰੀ ਨਾਨਾ ਬਿਦ ਕੋ ਅਨਾਜ, ਤਰ੍ਹਾਂ ਤਰ੍ਹਾਂ ਦਾ ਅਨਾਜ ਉਹਦੇ ਵਿੱਚ ਭੋਜਨ ਪੈ ਗਿਆ। ਦਾਵਾ ਕਾਹੂੰ ਕੋ ਨਹੀਂ, ਕੋਈ ਵੀ ਦਾਵਾ ਨਹੀਂ। ਹੁਣ ਦਾਵਾ ਹੋਵੇ ਤਾਂ ਲੜਾਈ ਹੋਵੇ। ਗੁਰਬਾਣੀ ਅੰਦਰ ਬਹੁਤ ਥਾਵਾਂ ਤੇ ਇੱਕ ਗੱਲ ਨੂੰ ਬਾਰ ਬਾਰ ਸਮਝਾਇਆ ਗਿਆ, ਕਹਿਣ ਲੱਗੇ ਦਾਵੇ ਦਾਜਨ ਹੋਤ ਹੈ। ਦਾਜਨ ਕਹਿੰਦੇ ਨੇ ਜਲਨ, ਅੱਗ, ਭਾਂਬੜ। ਕਹਿੰਦੇ ਜਿੰਨਾ ਸੰਸਾਰ ਦਾ ਕਲੇਸ਼ ਰੂਪੀ ਅੱਗ ਹੈ ਨਾ, ਇਹ ਦਾਵਿਆਂ ਤੋਂ ਪੈਦਾ ਹੋਈ ਹੈ। ਆਹ ਮੇਰਾ ਹੈ, ਉਹ ਕਹਿੰਦਾ ਮੇਰਾ ਹੈ। ਦਾਵੇ ਦਾਜਨ ਹੋਤ ਹੈ, ਨਿਰਦਾਵੇ ਰਹੇ ਨਿਸੰਕ। ਜਿਹੜੇ ਨਿਰਦਾਵੇ ਹੋ ਜਾਂਦੇ ਨੇ, ਕੋਈ ਦਾਵਾ ਨਹੀਂ ਕਰਦੇ, ਉਹ ਨਿਸੰਗ, ਉਹਨਾਂ ਨਾਲ ਕੋਈ ਝਗੜਾ ਨਹੀਂ। ਜੋ ਜਨ ਨਿਰਦਾਵੇ ਰਹੇ, ਜਿਹੜੇ ਲੋਕ ਨਿਰਦਾਵੇ ਰਹਿੰਦੇ ਨੇ, ਕਿਸੇ ਚੀਜ਼ 'ਤੇ ਦਾਵਾ ਨਹੀਂ ਕਰਦੇ, ਗੁਰੂ ਕਹਿੰਦਾ ਉਹ ਸੋ ਇੰਦਰ ਗਣੇ। ਕਹਿਣ ਲੱਗੇ ਮੈਂ ਉਹਨੂੰ ਬਾਦਸ਼ਾਹ ਸਮਝਣਾ, ਕਿਉਂਕਿ ਉਹਨੂੰ ਭੁੱਖ ਹੀ ਕੋਈ ਨਹੀਂ ਰਹੀ। ਉਹ ਚਾਹਤ ਹੀ ਮਿਟਾ ਬੈਠਾ ਕਿ ਆਹ ਚੀਜ਼ ਮੇਰੀ ਹੈ, ਮੈਨੂੰ ਮਿਲਣੀ ਚਾਹੀਦੀ। ਉਹ ਇੰਦਰ ਗਣੇ, ਉਹ ਤਾਂ ਬਾਦਸ਼ਾਹ ਨੇ। ਜਿੱਦੀ ਭੁੱਖ ਮਿਟ ਜਾਏ, ਗੁਰੂ ਨੇ ਬਾਣੀ ਵਿੱਚ ਆਖਿਆ, ਕਹਿਣ ਲੱਗੇ ਰਾਜਾ ਉਹ ਜਿਹੜਾ ਰੱਜ ਗਿਆ, ਜਿਹਨੂੰ ਰੱਜ ਹੀ ਨਹੀਂ ਆਇਆ, ਭੁੱਖਾ ਉਹ ਰਾਜਾ ਕਾਹਦਾ ਹੋਇਆ। ਕਹਿਣ ਲੱਗੇ ਸੋ ਇੰਦਰ ਗਣੇ, ਜਿਹੜੇ ਨਿਰਦਾਵੇ ਨੇ ਉਹ ਇੰਦਰ ਗਣੇ, ਉਹ ਬਾਦਸ਼ਾਹ ਨੇ। ਜੋ ਜਨ ਨਿਰਦਾਵੇ ਰਹੇ ਸੋ ਇੰਦਰ ਗਣੇ। ਸੋ ਰੰਕ, ਜਿਹੜੇ ਦਾਵਿਆਂ ਨਾਲ ਲੜ ਰਹੇ ਨੇ ਇੱਕ ਦੂਜੇ ਕੋਲੋਂ ਖੋਣ ਲਈ, ਉਹਨਾਂ ਦੇ ਅੰਦਰ ਇੰਨੀ ਭੁੱਖ ਵੱਧ ਗਈ ਹੈ ਕਿ ਉਹ ਦਾਵਿਆਂ ਲਈ ਲੜ ਰਹੇ ਨੇ, ਉਹ ਰੰਕ ਨੇ, ਅਸਲ ਗਰੀਬ ਤੇ ਉਹ ਨੇ। ਹੁਣ ਇੱਥੇ ਇਸ ਨਜ਼ਰੀਏ, ਇਸ ਰੋਸ਼ਨੀ ਵਿੱਚ ਬਾਬਾ ਕਬੀਰ ਜੀ ਦੀ ਅੱਜ ਦੇ ਦੋ ਸਲੋਕਾਂ ਨੂੰ ਅਸੀਂ ਚੰਗੀ ਤਰ੍ਹਾਂ ਵਿਚਾਰ ਲਏ। ਬਾਬਾ ਕਬੀਰ ਕਹਿੰਦੇ ਨੇ ਕਬੀਰ ਉੱਚ ਭਾਵਨ ਕਨ ਕਾਮਨੀ ਸਿਖਰ ਤਜਾ ਫੈਰਾ। ਲਓ ਫੈਸਲਾ ਕਰਿਓ, ਕਿਸੇ ਦੇ ਮਹਿਲ ਬੜੇ ਉੱਚੇ ਹੋਣ, ਭਾਵ ਵੱਡੇ ਮਹਿਲਾਂ ਵਿੱਚ ਰਹਿੰਦਾ ਹੋਵੇ, ਉਹ ਗਰੀਬ ਤੇ ਨਹੀਂ ਨਾ ਹੋ ਸਕਦਾ।
ਭਾਵ ਰਾਜ ਭਾਗ ਦਾ ਅਡੰਬਰ ਇੱਕ ਪਾਸੇ ਰੱਖ ਦਿੱਤਾ ਹੈ ਤਸਵੀਰ ਦੇ ਇੱਕ ਪਲੜੇ ਵਿੱਚ ਤੇ ਸਵਾਲ ਖੜਾ ਕਰ ਦਿੱਤਾ ਹੈ ਊਚ ਭਵਨ ਉੱਚੇ ਮਹੱਲਾ ਵਿੱਚ ਰਹਿਣ ਵਾਲਾ ਕਨਕਾਂ ਮਣੀ ਸੋਨੇ ਦੇ ਗਹਿਣਿਆਂ ਨਾਲ ਸ਼ਿੰਗਾਰੀ ਹੋਈ ਇਸਤਰੀ ਕਿਉਂਕਿ ਇਹ ਰਾਜੇ ਮਹਾਰਾਜਿਆਂ ਦੇ ਪੁਰਾਤਨ ਸਮੇਂ ਦੇ ਅਡੰਬਰ ਸਨ ਉੱਚੇ ਮਹੱਲਾ ਵਿੱਚ ਰਹਿਣਾ ਤੇ ਸ਼ਿੰਗਾਰੀਆਂ ਹੋਈਆਂ ਖੂਬਸੂਰਤ ਔਰਤਾਂ ਇਕੱਠੇ ਇਸੇ ਲਈ ਹਰਮਾਂ ਦਾ ਰਿਵਾਜ਼ ਰਾਜਿਆਂ ਨਾਲ ਸੰਬੰਧਿਤ ਸੀ ਗਰੀਬਾਂ ਨਾਲ ਨਹੀਂ ਤੇ ਹਰਮ ਕਿਹਨੂੰ ਕਹਿੰਦੇ ਸਨ ਜਿਹਦੇ ਵਿੱਚ ਔਰਤਾਂ ਸਿਰਫ ਰੱਖੀਆਂ ਜਾਂਦੀਆਂ ਸਨ ਉਹਨਾਂ ਦਾ ਟਿਕਾਣਾ ਉਹਨੂੰ ਹਰਮ ਕਹਿੰਦੇ ਸਨ ਤੇ ਬਾਬਾ ਕਬੀਰ ਨੇ ਖਿਆਲ ਦਿੱਤਾ ਕਹਿਣ ਲੱਗੇ ਊਚ ਭਵਨ ਉੱਚੇ ਮਹੱਲ ਕਨਕਾਂਬਣੀ ਸੋਨੇ ਨਾਲ ਸ਼ਿੰਗਾਰੀਆਂ ਹੋਈਆਂ ਇਸਤਰੀਆਂ ਸਿਖਰ ਤਜਾ ਫਹਿਰਾਏ ਤੇ ਉਸ ਉੱਚੇ ਮਹੱਲ ਦੇ ਸਿਖਰ ਤੇ ਮੀਨਾਰ ਤੇ ਗੁੰਬਜ ਤੇ ਉੱਚੀ ਥਾਵੇਂ ਇੱਕ ਝੰਡਾ ਲਹਿਰਾ ਰਿਹਾ ਜਿਹੜਾ ਸਾਬਤ ਕਰਦਾ ਹੈ ਕਿ ਇਸ ਰਿਆਸਤ ਦਾ ਮਾਲਕ ਰਾਜਾ ਇੱਥੇ ਰਹਿੰਦਾ ਹੈ ਆਪਾਂ ਰਿਆਸਤਾਂ ਦੇ ਸਮੇਂ ਦੇਖੇ ਰਾਜੇ ਦੇ ਮਹੱਲਾਂ ਤੇ ਉਹਦਾ ਰਿਆਸਤ ਦਾ ਝੰਡਾ ਲਹਿਰਾਉਂਦਾ ਸੀ ਉਦੋਂ ਤੱਕ ਜਦੋਂ ਤੱਕ ਰਾਜਾ ਉੱਥੇ ਹੁੰਦਾ ਸੀ ਮੈਂ ਆਪ ਖੁਦ ਦੇਖਿਆ ਫਰੀਦਕੋਟ ਹੁੰਦਿਆਂ ਜਦੋਂ ਮਹਾਰਾਜਾ ਫਰੀਦਕੋਟ ਆਪਣੇ ਮਹੱਲ ਵਿੱਚ ਹੁੰਦਾ ਸੀ ਉਦੋਂ ਹੀ ਸਿਰਫ ਕਿਲੇ ਜਾਂ ਮਹੱਲ ਵਿੱਚ ਜਿੱਥੇ ਜਾਣਾ ਉੱਥੇ ਝੰਡਾ ਲਹਿਰਾਉਂਦਾ ਸੀ ਜਦੋਂ ਉਹਨੇ ਕਿਤੇ ਹੋਰ ਸ਼ਹਿਰ ਜਾਂ ਕਿਸੇ ਹੋਰ ਇਲਾਕੇ ਵਿੱਚ ਚਲਾ ਜਾਣਾ ਉਦੋਂ ਝੰਡਾ ਨਹੀਂ ਸੀ ਹੁੰਦਾ ਕਿਉਂਕਿ ਝੰਡਾ ਤਾਂ ਇਸ ਗੱਲ ਦਾ ਪ੍ਰਤੀਕ ਹੈ ਕਿ ਇੱਥੋਂ ਦਾ ਰਾਜਾ ਇੱਥੇ ਰਹਿੰਦਾ ਤੇ ਬਾਬਾ ਕਬੀਰ ਜੀ ਨੇ ਉਹ ਗੱਲ ਆਖੀ ਕਹਿਣ ਲੱਗੇ ਊਚ ਭਵਨ ਕਣਕਾਂ ਮਣੀ ਸਿਖਰ ਤਜਾ ਫਹਿਰਾਏ ਸਿਖਰ ਤੇ ਉੱਚੀ ਥਾਂ ਤੇ ਤਜਾ ਫਹਿਰਾਏ ਉਹਦਾ ਝੰਡਾ ਝੂਲ ਰਿਹਾ ਹੈ ਦੱਸ ਤੈਨੂੰ ਇਹ ਪ੍ਰਵਾਨ ਹੈ ਲੋਕ ਸਵਾਲ ਸਾਡੇ ਤੇ ਦੱਸ ਤੈਨੂੰ ਇਹ ਚੰਗਾ ਲੱਗਦਾ ਇਹ ਪ੍ਰਵਾਨ ਹੈ ਕਿ ਤਾਤੇ ਭਲੀ ਮਧੂਕਰੀ ਦੂਜੇ ਪਾਸੇ ਮੰਗ ਕੇ ਖਾਣ ਦਾ ਜ਼ਰੀਆ ਜਿਹਦੇ 'ਚ ਦਾਵਾ ਕੋਈ ਨਹੀਂ ਇੰਨਾ ਵੀ ਦਾਵਾ ਨਹੀਂ ਕਿ ਅੱਜ ਮੈਂ ਆਹ ਖਾਣਾ ਹੈ ਮਧੂਕਰੀ ਵਾਲੇ ਨੇ ਕਦੇ ਦਾਵਾ ਕੀਤਾ ਕਿ ਮੈਂ ਅੱਜ ਇਹ ਖਾਣ ਭੋਜਨ ਖਾਣਾ ਖਾਣ ਦੀ ਵੀ ਕੋਈ ਟੇਸਟ ਨਹੀਂ ਕੋਈ ਚੁਆਇਸ ਨਹੀਂ ਤੇ ਬਾਬਾ ਕਬੀਰ ਕਹਿੰਦੇ ਨੇ ਇੱਕ ਪਾਸੇ ਬਾਦਸ਼ਾਹ ਰਾਜ ਭਾਗ ਹੈ ਜਿਹੜਾ ਉੱਚੇ ਮਹੱਲਾਂ ਵਿੱਚ ਰਹਿੰਦਾ ਹੈ ਕਣਕਾਂਬਣੀ ਸ਼ਿੰਗਾਰੀਆਂ ਹੋਈਆਂ ਇਸਤਰੀਆਂ ਉਹਦੇ ਕੋਲ ਨੇ ਉਹਦੇ ਮਹੱਲਾਂ ਦੇ ਸਿਖਰ ਤੇ ਉੱਚੀ ਥਾਂ ਤੇ ਤਜਾ ਫਹਿਰਾਏ ਝੰਡਾ ਝੂਲ ਰਿਹਾ ਦੱਸ ਰਿਹਾ ਕਿ ਇੱਥੋਂ ਦਾ ਬਾਦਸ਼ਾਹ ਇਸ ਘਰ ਵਿੱਚ ਰਹਿੰਦਾ ਇੱਕ ਪਾਸੇ ਉਹ ਰਾਜ ਭਾਗ ਦਾ ਸਾਰਾ ਅਡੰਬਰ ਹੈ ਤੇ ਦੂਜੇ ਪਲੜੇ ਵਿੱਚ ਹੈ ਤਾਤੇ ਭਲੀ ਮਧੂਕਰੀ ਹੁਣ ਦੱਸ ਤੈਨੂੰ ਕੀ ਚੰਗਾ ਲੱਗਦਾ ਹੈ ਕੀ ਜਾਣਾ ਫੈਸਲਾ ਕਰ ਹੁਣ ਬਾਬਾ ਕਬੀਰ ਦੇ ਕੋਲੋਂ ਜੇ ਪੁੱਛੋਗੇ ਤਾਂ ਉਹ ਤਾਂ ਇਹ ਆਖੇਗਾ ਤਾਤੇ ਭਲੀ ਮਧੂਕਰੀ ਅਸੀਂ ਨਹੀਂ ਕਹਿ ਸਕਦੇ ਭਲਾ ਸਾਡੇ ਸਾਹਮਣੇ ਇਹੋ ਸਵਾਲ ਹੋਵੇ ਕਿ ਤੂੰ ਬਾਦਸ਼ਾਹੀ ਲੈਣੀ ਹੈ ਜਾਂ ਦਰ ਦਰ ਤੇ ਮੰਗ ਕੇ ਰੋਟੀ ਖਾਣ ਵਾਲੀ ਮਧੂਕਰੀ ਲੈਣੀ ਹੈ ਦੱਸ ਕੀ ਭਲਾ ਸਾਨੂੰ ਤੁਹਾਨੂੰ ਕੋਈ ਪੁੱਛੇ ਤੇ ਅਸੀਂ ਕੀ ਫੈਸਲਾ ਕਰੀਏ ਪਰ ਬਾਬਾ ਕਬੀਰ ਨੇ ਵੇਖੋ ਕੀ ਫੈਸਲਾ ਕੀਤਾ ਉਹ ਕਹਿੰਦਾ ਤਾਂ ਤੇ ਭਲੀ ਮਧੂਕਰੀ ਉਹਦੇ ਨਾਲੋਂ ਮੈਨੂੰ ਨਿਰਦਾਵੇ ਰਹਿ ਕੇ ਆਪਣਾ ਟੇਸਟ ਆਪਣੀ ਹੋਂਦ ਛੱਡਣ ਵਾਲੀ ਉਹ ਦਰ ਦਰ ਤੋਂ ਇਕੱਠੀ ਕਰ ਭੋਜਨ ਕਰਨ ਵਾਲੀ ਮਧੂਕਰੀ ਜ਼ਿਆਦਾ ਪਸੰਦ ਹੈ ਚੰਗੀ ਲੱਗਦੀ ਭਲੀ ਚੰਗੀ ਲੱਗਦੀ ਕਿਉਂ ਕਿਉਂ ਕਿਉਂਕਿ ਬਾਦਸ਼ਾਹ ਜਿਹੜਾ ਮਹੱਲਾਂ ਵਿੱਚ ਰਹਿੰਦਾ ਉਹ ਵਿਵਚਾਰੀ ਹੈ ਵਿਸ਼ਈ ਹੈ ਵਿਕਾਰੀ ਹੈ
ਪਰ ਜਿਹੜਾ ਮਧੂਕਰੀ ਮੰਗ ਕੇ ਖਾਣ ਵਾਲਾ ਕੋਈ ਸਾਧ ਹੈ ਕੋਈ ਜਾਣਾ ਉਹ ਜਦੋਂ ਸ਼ਾਮ ਨੂੰ ਮਧੂਕਰੀ ਲੈ ਕੇ ਆਉਂਦਾ ਬੇਫਿਕਰ ਹੁੰਦਾ ਉਹਨੂੰ ਕਿਹੜਾ ਕੱਲ੍ਹ ਦੀ ਫਿਰ ਮਧੂਕਰੀ ਹੋ ਜਾਣੀ ਹੈ ਇਸ ਲਈ ਉਹ ਸਾਰੇ ਇਕੱਠੇ ਹੁੰਦੇ ਨੇ ਸ਼ਾਮ ਨੂੰ ਇਕੱਠੇ ਹੋ ਕੇ ਗੁਣ ਗਾਉਂਦੇ ਨੇ ਪ੍ਰਭੂ ਦੇ ਕਹਿਣ ਲੱਗੇ ਦੋਹਾਂ ਵਿੱਚੋਂ ਮੇਰੇ ਕੋਲੋਂ ਕੋਈ ਪੁੱਛੇ ਤੇ ਮੈਂ ਆਖਾਂਗਾ ਨਹੀਂ ਤਾਂ ਤੇ ਭਲੀ ਮਧੂਕਰੀ ਕਹਿਣ ਲੱਗੇ ਕਬੀਰ ਉੱਚ ਭਵਨ ਕਨ ਕਾਮਨੀ ਸ਼ਿਖਰ ਧਜਾ ਫਹਿਰਾ ਤਾਤੇ ਭਲੀ ਮਧੂਕਰੀ ਤਾਤੇ ਭਲੀ ਮਧੂਕਰੀ ਸੰਤ ਸੰਗ ਗੁਣ ਗਾ ਚੰਗੀ ਜਿਹੜੀ ਰੱਬ ਨਾਲ ਜੋੜਦੀ ਬੇਫਿਕਰ ਕਰਕੇ ਚਿੰਤਾ ਨਹੀਂ ਰਹਿੰਦੀ ਵੀ ਕੱਲ੍ਹ ਨੂੰ ਕੀ ਖਾਣਾ ਕੀ ਮੈਂ ਕੀ ਮੇਰੀ ਚਾਹਤ ਹੈ ਸਾਰੀਆਂ ਚਾਹਤਾਂ ਇੱਛਾਵਾਂ ਖਤਮ ਹੋ ਜਾਂਦੀਆਂ ਨਿਸ਼ਚਿੰਤ ਹੋ ਜਾਂਦਾ ਹੁਣ ਅਗਲੇ ਸਲੋਕ ਤੇ ਚੱਲੋ ਇਸ ਗੱਲ ਨੂੰ ਇਸੇ ਹੀ ਗੱਲ ਨੂੰ ਬਾਬਾ ਕਬੀਰ ਜੀ ਨੇ ਅਗਲੇ ਸਲੋਕ ਵਿੱਚ ਹੋਰ ਸਪਸ਼ਟ ਕਰ ਦਿੱਤਾ ਕਹਿਣ ਲੱਗੀ ਕਬੀਰ ਪਾਟਨ ਤੇ ਉਜਰ ਭਲਾ ਪਾਟਨ ਦਾ ਮਤਲਬ ਹੈ ਜਿਵੇਂ ਆਪਾਂ ਕਹਿੰਦੇ ਹਾਂ ਸ਼ਹਿਰ ਪਾਟਨ ਕਹਿੰਦੇ ਨੇ ਸ਼ਹਿਰ ਨੂੰ ਹਾਂ ਇਸਲਾਮ ਵੱਲੋਂ ਸ਼ਹਿਰ ਜਿਹੜਾ ਵੈਸੇ ਉਹਦਾ ਨਾਂ ਹੈ ਪਾਕ ਪਟਨ ਅਜੇ ਤੱਕ ਵੀ ਪਾਕਿਸਤਾਨ 'ਚ ਹੈ ਉਹਦਾ ਨਾਂ ਹੈ ਪਾਕ ਪਟਨ ਪਾਕ ਦਾ ਮਤਲਬ ਪਵਿੱਤਰ ਜਿਵੇਂ ਆਪਾਂ ਕਹੀਏ ਫਲਾਣਾ ਸ਼ਹਿਰ ਜਿਹੜਾ ਉਹ ਬੜਾ ਪਵਿੱਤਰ ਹੈ ਆਪਾਂ ਅੰਮ੍ਰਿਤਸਰ ਨੂੰ ਪਵਿੱਤਰ ਮੰਨਦੇ ਹਾਂ ਪਵਿੱਤਰ ਸ਼ਹਿਰ ਨਨਕਾਣਾ ਪਵਿੱਤਰ ਸ਼ਹਿਰ ਸਾਡਾ ਪਵਿੱਤਰਤਾ ਦਾ ਇਤਿਹਾਸ ਉਹਦੇ ਨਾਲ ਜੁੜਿਆ ਅਤੇ ਇਸਲਾਮ ਨੇ ਉਸ ਸ਼ਹਿਰ ਦਾ ਨਾਂ ਰੱਖਿਆ ਜਿੱਥੇ ਫਰੀਦ ਪੈਦਾ ਹੋਏ ਨੇ ਉਹਦਾ ਨਾਂ ਹੈ ਪਾਕ ਪਟਨ ਬੜਾ ਪਵਿੱਤਰ ਸ਼ਹਿਰ ਪਟਨ ਦਾ ਅਰਥ ਇਹ ਹੈ ਸ਼ਹਿਰ ਇੱਕ ਪਾਸੇ ਸ਼ਹਿਰ ਹੈ ਇੱਕ ਪਾਸੇ ਉੱਜੜ ਹੈ ਖੰਡਰ ਉੱਜੜਿਆ ਹੋਇਆ ਸ਼ਹਿਰ ਹੁਣ ਸ਼ਹਿਰ ਵਿੱਚ ਲੋਕ ਵੱਸਦੇ ਨੇ ਤੇ ਖੰਡਰ ਵਿੱਚ ਕੋਈ ਵੱਸਦਾ ਨਹੀਂ ਉਹ ਉਜੜਿਆ ਹੋਇਆ ਹੁਣ ਦੇਖੋ ਲਫ਼ਜ਼ ਕੈਸੇ ਵਰਤੇ ਨੇ ਬਾਬਾ ਕਬੀਰ ਨੇ ਕਹਿੰਦਾ ਕਬੀਰ ਪਾਟਨ ਤੇ ਉਜਰ ਭਲਾ ਬਿਲਕੁਲ ਉਹੋ ਹੀ ਉਜ ਭਵਨ ਕਣਕਾਮਣੀ ਦਾ ਖਿਲਾਰਾ ਪਾਇਆ ਨੇ ਕਹਿੰਦੇ ਨੇ ਮੇਰੇ ਕੋਲੋਂ ਕੋਈ ਪੁੱਛੇ ਕਿ ਤੈਨੂੰ ਸ਼ਹਿਰ ਚੰਗਾ ਲੱਗਦਾ ਸ਼ਹਿਰ ਚੰਗਾ ਲੱਗਦਾ ਕਿ ਉਜੜਿਆ ਹੋਇਆ ਖੰਡਰ ਚੰਗਾ ਲੱਗਦਾ ਉਜੜਿਆ ਹੋਇਆ ਬਾਬਾ ਕਬੀਰ ਕਹਿੰਦੇ ਨੇ ਦੁਨੀਆਂ ਦੇ ਲੋਕਾਂ ਕੋਲੋਂ ਪੁੱਛੀਏ ਤਾਂ ਉਹ ਤਾਂ ਆਖਣਗੇ ਸ਼ਹਿਰ ਚੰਗਾ ਲੱਗਦਾ ਉੱਥੇ ਰੌਣਕਾਂ ਨੇ ਉੱਥੇ ਰੌਣਕਾਂ ਨੇ ਬਾਬਾ ਕਬੀਰ ਜੀ ਦਾ ਇੱਕ ਸ਼ਬਦ ਹਰ ਪੱਖ ਨੂੰ ਲਿਆ ਹੈ ਉੱਥੇ ਕਹਿੰਦੇ ਨੇ ਕਬੀਰ ਜੈ ਜੈ ਹਉ ਫਿਰੋ ਕੌਤਕ ਠਾਈ ਠਾਏ ਮੈਂ ਕਿਸੇ ਸ਼ਹਿਰ ਵਿੱਚ ਚਲਾ ਗਿਆ ਅਤੇ ਸ਼ਹਿਰ ਵਿੱਚ ਕੀ ਹੁੰਦਾ ਹੈ ਰੌਣਕਾਂ ਤਮਾਸ਼ੇ ਸਰਕਸਾਂ ਲੱਗੀਆਂ ਹੋਈਆਂ ਨਾਚ ਹੋ ਰਹੇ ਨੇ ਗਾਣੇ ਹੋ ਰਹੇ ਨੇ ਲੋਕ ਇਕੱਠੇ ਹੋਏ ਹੋਏ ਨੇ ਕਿਉਂਕਿ ਬਹੁਤ ਸਾਰੇ ਲੋਕਾਂ ਦੀ ਇਕੱਤਰਤਾ ਦਾ ਟਿਕਾਣਾ ਸ਼ਹਿਰ ਹੈ ਉੱਥੋਂ ਦੀ ਨਿਸ਼ਾਨੀ ਇਹ ਹੈ ਅਤੇ ਬਾਬਾ ਕਬੀਰ ਕਹਿੰਦਾ ਮੈਂ ਜਦੋਂ
ਸ਼ਹਿਰ ਗਿਆ ਨਾ ਉੱਥੇ ਮੈਂ ਕੀ ਦੇਖਿਆ ਕੌਤਕ ਠਾਓ ਠਾਏ ਕੌਤਕ ਕਹਿੰਦੇ ਨੇ ਤਮਾਸ਼ੇ ਨੂੰ ਹਰ ਥਾਂ ਤੇ ਤਮਾਸ਼ੇ ਹੋ ਰਹੇ ਸਨ ਤਰ੍ਹਾਂ ਤਰ੍ਹਾਂ ਦੇ ਤਮਾਸ਼ੇ ਹੋ ਰਹੇ ਸਨ ਪਰ ਕਬੀਰ ਕਹਿੰਦਾ ਨਹੀਂ ਮੇਰਾ ਮਨ ਨਹੀਂ ਲੱਗਾ ਮੈਂ ਇਹਨਾਂ ਤਮਾਸ਼ਿਆਂ ਕੀ ਭੂਤਾਂ ਦੇ ਤਮਾਸ਼ੇ ਵੇਖਾਂ ਲਓ ਇੱਥੇ ਸੋਚਣਾ ਪਾਟਣ ਤੇ ਉੱਜੜ ਵਾਲਾ ਉੱਜੜ ਕੀ ਹੁੰਦਾ ਖੰਡਰ ਤੇ ਪਾਟਣ ਸ਼ਹਿਰ ਸ਼ਹਿਰ ਵਿੱਚ ਲੋਕ ਰੌਣਕਾਂ ਤੇ ਉੱਜੜ ਵਿੱਚ ਕੁਝ ਵੀ ਨਹੀਂ ਪਰ ਕਬੀਰ ਜੀ ਦਾ ਨਜ਼ਰੀਆ ਦੇਖਿਓ ਕਹਿਣ ਲੱਗੇ ਰੌਣਕ ਰੌਣਕ ਵਿੱਚ ਫਰਕ ਹੁੰਦਾ ਹੈ ਮਤ ਸਮਝਿਓ ਕਿ ਮਸਾਨ ਭੂਮਿਕਾ ਵਿੱਚ ਰੌਣਕ ਨਹੀਂ ਹੁੰਦੀ ਲਓ ਬਾਬਾ ਕਬੀਰ ਕਿੱਥੇ ਜਾਂਦੇ ਨੇ ਅਗਲੀ ਲਾਈਨ ਆ ਨਾ ਕਿ ਰਾਮ ਸਨੇਹੀ ਬਹਾਰਾ ਜੰਮਪੁਰ ਮੇਰੇ ਪਾਏ ਜੰਮਪੁਰ ਦਾ ਕੀ ਭਾਵ ਹੈ ਮਸਾਨ ਭੂਮਿਕਾ ਮੌਤ ਦਾ ਘਰ ਕਹਿਣ ਲੱਗੇ ਵੀ ਕਿਤੇ ਮਤ ਸਮਝੋ ਵੀ ਜੰਮਪੁਰ ਵਿੱਚ ਰੌਣਕਾਂ ਨਹੀਂ ਹੁੰਦੀਆਂ ਜੰਮਪੁਰ ਵਿੱਚ ਵੀ ਰੌਣਕਾਂ ਹੁੰਦੀਆਂ ਨੇ ਮੌਤ ਦੇ ਘਰ ਵਿੱਚ ਵੀ ਪਰ ਫਰਕ ਇੰਨਾ ਕਿ ਉੱਥੇ ਭੂਤਾਂ ਦੀਆਂ ਰੌਣਕਾਂ ਹੁੰਦੀਆਂ ਨੇ ਉੱਥੇ ਭੂਤਾਂ ਦੀਆਂ ਰੌਣਕਾਂ ਹੁੰਦੀਆਂ ਨੇ ਤੇ ਭੂਤ ਕਿਹਨੂੰ ਕਹਿੰਦੇ ਨੇ ਜਿਹੜੇ ਮਰ ਚੁੱਕੇ ਹੁੰਦੇ ਨੇ ਉਹਨਾਂ ਦੀਆਂ ਆਤਮਾਵਾਂ ਨੂੰ ਕਹਿਣ ਲੱਗੇ ਉੱਥੇ ਮੁਰਦੇ ਰਹਿੰਦੇ ਨੇ ਜਿੱਥੇ ਮੁਰਦੇ ਰਹਿਣ ਜਿਹੜਾ ਮੁਰਦਿਆਂ ਦਾ ਟਿਕਾਣਾ ਹੋਵੇ ਉਹਨੂੰ ਮਸਾਨ ਭੂਮਿਕਾ ਆਖਦੇ ਨੇ ਤੇ ਬਾਬਾ ਕਬੀਰ ਕਹਿੰਦਾ ਜਦੋਂ ਜਿਹਨੂੰ ਲੋਕਾਂ ਨੇ ਸ਼ਹਿਰ ਆਖਿਆ ਮੈਂ ਉੱਥੇ ਜਾ ਕੇ ਕੀ ਵੇਖਿਆ ਉਹ ਤੇ ਉੱਜੜ ਸੀ ਮੇਰੇ ਭਾਏ ਉਹ ਤਾਂ ਮਸਾਨ ਭੂਮਿਕਾ ਸੀ ਹੈ ਬਾਬਾ ਕਬੀਰ ਤੂੰ ਉਹਨੂੰ ਮਸਾਨ ਭੂਮਿਕਾ ਕਿਵੇਂ ਆਖਣਾ ਉੱਥੇ ਤੇ ਹਜ਼ਾਰਾਂ ਲੋਕ ਜਿਉਂਦੇ ਫਿਰਦੇ ਸਨ ਕਹਿਣ ਲੱਗਾ ਨਹੀਂ ਬੜੇ ਬੜੇ ਚਤੁਰ ਸਿਆਣੇ ਵਿਦਵਾਨ ਵੀ ਉੱਥੇ ਰਹਿੰਦੇ ਸਨ ਰਾਜੇ ਮਹਾਰਾਜੇ ਵੀ ਉੱਥੇ ਫਿਰਦੇ ਸਨ ਤੇ ਤੂੰ ਉਹਨੂੰ ਕਹਿਣਾ ਕਿ ਉੱਜੜ ਹੈ ਮਸਾਨ ਭੂਮਿਕਾ ਕਹਿਣ ਲੱਗਾ ਹਾਂ ਮੈਂ ਤੁਹਾਨੂੰ ਸਮਝਾਉਣਾ ਹੁਣ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪੜ੍ਹੋ ਗੁਰੂ ਕੀ ਕਹਿੰਦਾ ਅਤ ਸੁੰਦਰ ਅਤ ਸੁੰਦਰ ਕੁਲੀਨ ਚਤਰ ਮੁਖ ਗਿਆਨੀ ਧਨਵੰਤ ਇੱਕ ਬੜਾ ਖੂਬਸੂਰਤ ਵੀ ਹੋਵੇ ਬੜੀ ਉੱਚ ਕੁਲ ਵਿੱਚ ਵੀ ਪੈਦਾ ਹੋਇਆ ਹੋਵੇ ਬੜਾ ਸਿਆਣਾ ਵਿਦਵਾਨ ਵੀ ਹੋਵੇ ਮੁੱਖੋਂ ਗਿਆਨ ਦੀਆਂ ਗੱਲਾਂ ਵੀ ਕਰਦਾ ਹੋਵੇ ਤੇ ਦੌਲਤ ਦੇ ਵੀ ਅੰਬਾਰ ਲੱਗੇ ਹੋਣ ਉਹਦੇ ਘਰ ਅੰਦਰ ਹੁਣ ਬਾਬਾ ਕਬੀਰ ਦੀ ਲਿਸਟ ਦਿੰਦੇ ਨੇ ਕਹਿੰਦੇ ਨੇ ਇਹੋ ਜਿਹੇ ਲੋਕ ਸ਼ਹਿਰਾਂ 'ਚ ਵੱਸਦੇ ਨੇ ਨਾ ਜਿਹਨਾਂ ਨੂੰ ਤੁਸੀਂ ਸ਼ਹਿਰ ਕਹਿੰਦੇ ਹੋ ਕਹਿੰਦਾ ਅਤ ਸੁੰਦਰ ਕੁਲੀਨ ਚਤਰ ਮੁੱਖ ਗਿਆਨੀ ਧਨਵੰਤ ਪਰ ਕਹਿੰਦੇ ਨੇ ਅਗਲੀ ਲਾਈਨ ਪੜ੍ਹ ਇਹ ਸਾਰਾ ਕੁਝ ਹੋਣ ਦੇ ਬਾਵਜੂਦ ਮ੍ਰਿਤਕ ਕਹੀ ਹੈ ਨਾਨਕਾ ਉਹ ਜਿਉਂਦੇ ਨਹੀਂ ਕਿਉਂਕਿ ਰੱਬ ਨਾਲੋਂ ਟੁੱਟੇ ਹੋਏ ਨੇ ਉਹ ਜਿਉਂਦੇ ਨਹੀਂ ਕਿਉਂਕਿ ਪ੍ਰਭੂ ਨਾਲ ਜੀਵਨ ਦਾਤੇ ਨਾਲ ਉਹਨਾਂ ਦਾ ਸੰਬੰਧ ਕੋਈ ਨਹੀਂ ਰਿਹਾ ਮ੍ਰਿਤਕ ਕਹੀ ਹੈ ਨਾਨਕਾ ਜਪ੍ਰੀਤ ਨਹੀਂ ਭਗਵੰਤ ਤੇ ਮ੍ਰਿਤਕ ਜਿੱਥੇ ਰਹਿੰਦੇ ਹੁਣ ਉਹ ਕੀ ਹੁੰਦੀ ਹੈ ਮਸਾਨ ਭੂਮਿਕਾ ਜਿੱਥੇ ਮ੍ਰਿਤਕ ਰਹਿੰਦੇ ਹੁਣ ਉਹ ਕੀ ਹੁੰਦੀ ਹੈ ਉਜਾੜ ਉਹ ਕਹਿੰਦਾ ਮੈਂ ਉਸ ਸ਼ਹਿਰ ਨੂੰ ਉਜਾੜ ਆਖਾਂ ਜਿੱਥੇ ਰੱਬ ਨਾਲ ਜੁੜਿਆ ਹੋਇਆ ਕੋਈ ਨਹੀਂ ਬਾਬਾ ਕਬੀਰ ਦਾ ਖਿਆਲ ਜਿਹਨੂੰ ਤੂੰ ਸ਼ਹਿਰ ਕਹਿੰਦਾ ਮੈਂ ਉਹਦੇ ਵਿੱਚ ਜਾ ਕੇ ਰਵਾਂ ਉੱਥੇ ਤਾਂ ਜੁੜਿਆ ਹੋਇਆ ਕੋਈ ਨਹੀਂ ਤੇ ਜਿੱਥੇ ਜੁੜਿਆ ਹੋਇਆ ਕੋਈ ਨਹੀਂ ਸਮਝੋ ਸਾਰੀਆਂ ਮਰੀਆਂ ਆਤਮਾ ਨੇ ਮੁਰਦੇ ਨੇ ਤੇ ਜਿੱਥੇ ਮੁਰਦੇ ਰਹਿੰਦੇ ਨੇ ਉਹ ਮਸਾਨ ਭੂਮਿਕਾ ਮੈਂ ਮਸਾਨ ਭੂਮਿਕਾ ਨੂੰ ਕਿਵੇਂ ਸ਼ਹਿਰ ਆਖਾਂ ਤੂੰ ਆਖ ਦੇਖੋ ਕਿੱਡੇ ਡੀਪ ਜਾ ਕੇ ਕਹਿੰਦੇ ਨੇ ਮੈਂ ਮਸਾਨ ਭੂਮਿਕਾ ਨੂੰ ਸ਼ਹਿਰ ਕਿਵੇਂ ਆਖਾਂ
ਇੱਕ ਰਾਮ ਸਨੇਹੀ ਬਾਹਰ ਆ, ਰਾਮ ਸਨੇਹੀ ਰੱਬ ਨਾਲ ਸਨੇਹ ਪਿਆਰ ਰੱਖਣ ਵਾਲੇ ਤੋਂ ਬਿਨਾਂ ਉੱਜੜ ਮੇਰੇ ਭਾਏ, ਜੰਮਪੁਰ ਮੇਰੇ ਭਾਏ, ਉਹਦੇ ਤੋਂ ਬਿਨਾਂ ਤਾਂ ਮੈਨੂੰ ਇਹ ਨਜ਼ਰ ਆਉਂਦਾ ਵੀ ਇਹ ਸਾਰਾ ਜੰਮਪੁਰ ਹੈ, ਮੌਤ ਦਾ ਘਰ ਹੈ, ਮਸਾਨ ਭੂਮਿਕਾ ਹੈ। ਕਹਿਣ ਲੱਗੇ ਜਿਸ ਨੂੰ ਤੂੰ ਸ਼ਹਿਰ ਕਹਿ ਰਿਹਾ ਹੈ ਉਹ ਮੇਰੀ ਨਿਗਾਹ ਵਿੱਚ ਮਸਾਨ ਭੂਮਿਕਾ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਅੰਦਰ ਇੱਕ ਥਾਂ 'ਤੇ ਹੋਰ ਸ਼ਬਦ ਆਉਂਦਾ ਅਤੇ ਕਹਿੰਦੇ ਨੇ ਜੈ ਘਰ ਸਾਧਨਾ ਸੇਵੀਐ, ਜੈ ਘਰ ਸਾਧਨਾ ਸੇਵੀਐ, ਹਰ ਕੀ ਪੂਜਾ ਨਾਇ ਸੇ ਘਰ ਮਰ ਹਠ ਸਾਧ ਕੇ। ਕਹਿਣ ਲੱਗੇ ਉਹ ਤਾਂ ਮਸਾਨ ਭੂਮਿਕਾ ਹੈ, ਉਹਦੇ ਵਿੱਚ ਰਹਿਣ ਵਾਲੇ ਜੀ ਜਿਹੜੇ ਨੇ ਉਹ ਭੂਤ ਨੇ। ਸੇ ਘਰ ਮਰ ਹਟ ਸਾਰ ਕੇ ਭੂਤ ਵਸੇ ਤਿੰਨ ਮਾਏ, ਉਹਦੇ ਵਿੱਚ ਤਾਂ ਭੂਤ ਰਹਿੰਦੇ ਨੇ, ਮੈਂ ਉਹਨੂੰ ਪਟਨ ਕਿਵੇਂ ਆਖਾਂ, ਮੈਂ ਉਹਨੂੰ ਸ਼ਹਿਰ ਕਿਵੇਂ ਮੰਨਾਂ। ਤੂੰ ਮਸਾਨ ਭੂਮਿਕਾ ਜਿਹਦੇ ਵਿੱਚ ਰੱਬ ਤੋਂ ਟੁੱਟੇ ਹੋਏ ਮੁਰਦਾ ਆਤਮਾ ਰਹਿੰਦੀਆਂ ਨੇ ਉਹਨੂੰ ਤੂੰ ਪਟਨ ਆਖ ਰਿਹਾ ਹੈ, ਉਹਨੂੰ ਸ਼ਹਿਰ ਆਖ ਰਿਹਾ ਹੈ, ਅਤੇ ਮੈਨੂੰ ਉਹਦੇ ਨਾਲੋਂ ਜਿਹਨੂੰ ਤੂੰ ਉਜਾੜ ਕਹਿੰਦਾ ਨਾ, ਮੈਨੂੰ ਉਹ ਉਜਾੜ ਚੰਗੀ ਲੱਗਦੀ ਹੈ ਕਿਉਂਕਿ ਉੱਥੇ ਜਿਉਂਦੇ ਲੋਕ ਰਹਿੰਦੇ ਨੇ। ਜੀਵਨੋਂ ਮੈਂ ਜੀਵਨ ਪਾਇਆ, ਜਿਹੜੇ ਰੱਬ ਨਾਲ ਜੁੜੇ ਹੋਏ, ਜੀਵਨ ਨਾਲ ਜੁੜੇ ਹੋਏ ਲੋਕ ਜਿੱਥੇ ਰਹਿੰਦੇ ਨੇ ਉਹ ਭਾਵੇਂ ਤੂੰ ਉਹਨੂੰ ਉੱਜੜ ਆਖ, ਮੇਰੇ ਲਈ ਤਾਂ ਖੂਬਸੂਰਤ ਸ਼ਹਿਰ ਉਹੋ ਹੀ ਹੈ। ਮੈਨੂੰ ਤਾਂ ਸਭ ਤੋਂ ਚੰਗਾ ਸ਼ਹਿਰ, ਅਤੇ ਜਿਹਨੂੰ ਤੂੰ ਚੰਗਾ ਖੂਬਸੂਰਤ ਸ਼ਹਿਰ ਆਖਣਾ ਉਹਨੂੰ ਮੈਂ ਸਮਝਦਾ ਕਿ ਮੇਰੇ ਲਈ ਉੱਜੜ ਉਹੋ ਹੀ ਹੈ, ਖੰਡਰ ਉਹੋ ਹੀ ਹੈ, ਕਿਉਂਕਿ ਉੱਥੇ ਰਹਿਣ ਵਾਲੇ ਲੋਕ ਰੱਬ ਨਾਲੋਂ ਟੁੱਟ ਕੇ ਭੂਤ ਵਾਲੀ ਜ਼ਿੰਦਗੀ ਬਿਤਾ ਰਹੇ ਨੇ। ਮਰਹੱਟ ਉਹਨਾਂ ਬਣਾ ਦਿੱਤਾ ਹੈ, ਉਹਨਾਂ ਨੂੰ ਮਸਾਨ ਭੂਮਿਕਾ ਬਣਾ ਦਿੱਤਾ ਹੈ, ਇਸੇ ਲਈ ਮੈਂ ਉਹਨੂੰ ਪਟਨ ਨਹੀਂ ਕਹਿੰਦਾ। ਇਹੋ ਹੀ ਗੱਲ ਬਾਬਾ ਕਬੀਰ ਜੀ ਨੇ ਦੂਸਰੇ ਸਲੋਕ ਵਿੱਚ ਸਪਸ਼ਟ ਕੀਤੀ ਅਤੇ ਕਹਿਣ ਲੱਗੇ ਕਬੀ ਪਟਨ ਤੇ ਉਜਲ ਭਲਾ, ਕਬੀ ਪਟਨ ਤੇ ਉਜਲ ਭਲਾ, ਰਾਮ ਭਗਤ ਜੈਠਾ। ਮੈਨੂੰ ਉਸ ਸ਼ਹਿਰ ਨਾਲੋਂ ਜਿਹਨੂੰ ਤੂੰ ਉਜੜਿਆ ਹੋਇਆ ਆਖ ਉਜਾੜ ਕਹਿਣਾ ਨਾ, ਮੈਂ ਜੰਗਲਾਂ ਵਿੱਚ ਬੈਠਾ, ਮੈਂ ਸ਼ਹਿਰ ਵਿੱਚ ਨਹੀਂ ਰਹਿੰਦਾ, ਮੈਂ ਮਸਾਨ ਭੂਮਿਕਾ। ਇਹ ਭੁਲੇਖੇ ਵਿੱਚ ਨਾ ਰਹੋ, ਜਿਸਨੂੰ ਤੂੰ ਪਟਨ ਸ਼ਹਿਰ ਮੰਨਣਾ ਮੈਨੂੰ ਉਹਦੇ ਨਾਲੋਂ ਉਹ ਉਜੜ ਚੰਗਾ, ਕਿਉਂਕਿ ਉਸ ਸ਼ਹਿਰ ਵਿੱਚ ਮੁਰਦੇ ਰਹਿੰਦੇ ਨੇ ਅਤੇ ਉਸ ਜੰਗਲ ਵਿੱਚ ਉਸ ਇਕਾਂਤ ਵਿੱਚ ਜਿਉਂਦੇ ਲੋਕ ਰਹਿੰਦੇ ਨੇ, ਅਤੇ ਮੇਰਾ ਸੰਬੰਧ ਤਾਂ ਜਿਉਂਦਿਆਂ ਨਾਲ ਹੈ, ਕਿਉਂਕਿ ਮੇਰਾ ਜੀਵਨ ਜਿਉਂਦਾ ਹੈ, ਇਸ ਲਈ ਜਿਉਂਦਿਆਂ ਨਾਲ ਸੰਬੰਧ। ਗੁਰੂ ਨੇ ਬਾਣੀ ਅੰਦਰ ਇੱਕ ਥਾਂ 'ਤੇ ਇਹ ਵੀ ਗੱਲ ਸਪਸ਼ਟ ਕੀਤੀ, ਕਹਿਣ ਲੱਗੇ ਜੀਵਤੇ ਕੋ ਜੀਵਤਾ ਮਿਲੇ, ਮੂਏ ਕੋ ਮੂਆ। ਸੰਬੰਧ ਵੀ ਉਸੇ ਨਾਲ ਜੁੜਿਆ ਹੁੰਦਾ, ਜਿਉਂਦੇ ਦਾ ਸੰਬੰਧ ਜਿਉਂਦੇ ਨਾਲ। ਜਿਸ ਵੇਲੇ ਇੱਕ ਦੋ ਦੋਸਤਾਂ ਵਿੱਚੋਂ ਇੱਕ ਮਰ ਜਾਏ ਤੇ ਉਹ ਕਿੰਨੀ ਕੁ ਦੇਰ ਉਹਨੂੰ ਸੰਭਾਲ ਕੇ ਰੱਖਦਾ, ਉਹ ਕਹਿੰਦਾ ਨਹੀਂ ਮੇਰਾ ਰਿਸ਼ਤਾ ਜਿਉਂਦਿਆਂ ਤੱਕ ਸੀ, ਹੁਣੇ ਮਰ ਗਿਆ, ਹੁਣ ਕਾਹਦਾ ਰਿਸ਼ਤਾ। ਜੀਵਤੇ ਕੋ ਜੀਵਤਾ ਮਿਲੇ, ਮੂਏ ਕੋ ਮੂਆ। ਕਹਿਣ ਲੱਗੇ ਇਸੇ ਤਰ੍ਹਾਂ ਜਿਹੜਾ ਪ੍ਰਭੂ ਦੀ ਬੰਦਗੀ ਕਰਨ ਵਾਲਾ, ਰੱਬ ਨਾਲ ਜੁੜਿਆ ਹੋਇਆ ਜਿਉਂਦੀ ਆਤਮਾ ਵਾਲਾ ਮਨੁੱਖ ਹੈ, ਉਹਦਾ ਸੰਬੰਧ ਵੀ ਕਿਸੇ ਜਿਉਂਦੀ ਆਤਮਾ ਵਾਲੇ ਪ੍ਰਭੂ ਭਗਤ ਨਾਲ, ਚੰਗੇ ਮਨੁੱਖ ਨਾਲ, ਜੀਵਨ ਵਾਲੇ ਮਨੁੱਖ ਨਾਲ ਹੋ ਸਕਦਾ ਹੈ, ਮੁਰਦਾ ਆਤਮਾ ਨਾਲ ਸੰਬੰਧ ਨਹੀਂ ਹੋ ਸਕਦਾ। ਕਹਿਣ ਲੱਗੇ ਕਬੀ ਪਟਨ ਤੇ ਉਜਰ ਭਲਾ, ਕਬੀ ਪਟਨ ਤੇ ਉਜਰ ਭਲਾ,
राम भगत जेठा राम दी भगती करने वाले जीवदियां आत्मा रहंदियां ने असल रौनक ते मैनू उथे ही है जिथे गुण गाए जांदे ने राम भगत जेठा राम स्नेही बाहेरा राम दे स्नेह वाले प्रभु नाल जुड़े हुए लोग नहीं रहंदे उन्हां तो खाली है बाबा कबीर कहंदे ने मेरे वास्ते ता असल मसान भूमका उजाड़ा ता उथे है राम स्नेही बाहेरा जमपुर मेरे राम स्नेही बाहेरा जमपुर मेरे सोच एहो ही आखेंगा ना उच्चे भवन वाले जिथे झंडे झुलदे होन मैनू ओ चाहिदा है एही आखेंगा ना मैनू शहर विच जीवना पसंद है ते शहर दी निशानी की है उत्थे लोग रहंदे ने पर बाबा कबीर कहंदे ने मैं जदों उन्हां लोगां वल वेखना कि वह रब नालों मालिक नालों टुटे हुए ने ते फिर मैनू दिसदा है कि इस मृतक कही है नानका जब प्रीत नहीं भगवंत वह तो मुरदा लशन है उन्हां दे अंदर जीवन नहीं ते जिथे मुरदे रहंदे होन वह शहर नहीं हुंदा वह मसान भूमिका ते जिथे जीवंदे लोग रहंदे होन वह उजाड़ा नहीं हुंदा वह खंडर नहीं हुंदा वह खूबसूरत शहर हुंदा है बस ये नजरिया बदलना है बाबा कबीर कहंदे ने इसलिए मेरा जीवन जीवन दी सांझ उस परिवार उस लोगां नाल है जेड़े जीवंदियां आत्मा ने मैं अपने जीवन दी रौनक
ਉਹਨਾਂ ਨਾਲ ਬਣਾ ਕੇ ਰੱਖੀ ਹੋਈ ਹੈ, ਜਿਨ੍ਹਾਂ ਦੇ ਵਿੱਚ ਬੈਠ ਕੇ ਮੈਨੂੰ ਪ੍ਰਭੂ ਨਾਲ ਸਨੇਹ ਪੈਦਾ ਹੁੰਦਾ। ਉਹੋ ਹੀ ਮੇਰਾ ਸ਼ਹਿਰ ਹੈ, ਉਹੋ ਹੀ ਮੇਰਾ ਜੀਵਨ ਹੈ। ਬਾਬਾ ਰਾਮਦਾਸ ਜੀ ਨੇ ਵੀ ਇਹੋ ਗੱਲ ਆਖੀ, ਕਹਿਣ ਲੱਗੇ ਮੈਂ ਹੁਣ ਉਹ ਜੇ ਆਬ ਮੋਏ ਖੂਬ ਵਤਨ ਗਏ ਪਾਈ, ਮੈਨੂੰ ਹੁਣ ਖੂਬਸੂਰਤ ਸ਼ਹਿਰ ਮਿਲ ਗਿਆ ਹੈ, ਜਿੱਥੇ ਸਾਰੇ ਊਹ ਖੈਰ ਸਦਾ ਮੇਰੇ ਭਾਈ, ਉੱਥੇ ਹਮੇਸ਼ਾ ਸੁੱਖ ਹੈ, ਹਮੇਸ਼ਾ ਖੁਸ਼ੀਆਂ ਨੇ। ਤੋ ਇਹ ਹੈ ਰੱਬ ਨਾਲ ਜੁੜੇ ਹੋਏ ਲੋਕਾਂ ਦਾ ਇੱਕ ਆਪਣਾ ਸਮਾਜ, ਇਹਨੂੰ ਆਪਣਾ ਦੂਜੇ ਲਫਜ਼ਾਂ ਵਿੱਚ, ਇਸ ਧਰਤੀ ਦੇ ਸੰਸਾਰਿਕ ਲਫਜ਼ਾਂ ਵਿੱਚ ਇਹਨੂੰ ਆਪਣਾ ਸਮਾਜ ਆਖਾਂਗੇ। ਅਸੀਂ ਵੀ ਆਪਣਾ ਸਮਾਜ ਫੈਸਲਾ ਕਰਕੇ ਚਿਤਰਨੇ ਹਾਂ, ਬਣਾਉਂਦੇ ਹਾਂ। ਜਿੱਥੇ ਜਾਈਏ ਅਸੀਂ ਕਹਿੰਦੇ ਮੈਂ ਆਪਣੀ ਸੁਸਾਇਟੀ ਬਣਾਵਾਂ, ਆਪਣਾ ਸਮਾਜ ਬਣਾਵਾਂ। ਅਤੇ ਬਾਬਾ ਕਬੀਰ ਕਹਿੰਦੇ ਨੇ ਜਦੋਂ ਤੂੰ ਆਪਣਾ ਸਮਾਜ ਘੜਨ ਲੱਗੇ, ਜਦੋਂ ਆਪਣਾ ਚੌਗਿਰਦਾ ਆਪਣੀ ਦੋਸਤੀ ਦਾ ਦਾਇਰਾ ਬਣਾਉਣ ਲੱਗੇ, ਤਾਂ ਇੱਕ ਖਿਆਲ ਰੱਖੀ ਜਿਉਂਦੇ ਲੋਕ ਹੋਣ, ਰੱਬ ਨਾਲ ਜਿਉਂਦੇ ਜੁੜੇ ਹੋਏ ਲੋਕ ਹੋਣ, ਕਿਤੇ ਰੱਬ ਨਾਲ ਟੁੱਟੇ ਹੋਏ ਕੇਵਲ ਐਸ਼ ਪ੍ਰਸਤੀ ਵਿੱਚ ਸੁੱਖਾਂ ਵਿੱਚ ਗਰਕ ਹੋਏ ਹੋਏ ਲੋਕਾਂ ਵਿੱਚ ਬੈਠ ਗਏ, ਤੂੰ ਉਹੋ ਜਿਹਾ ਹੋ ਜਾਏਗਾ। ਜੀਵਤੇ ਕੋ ਜੀਵਤਾ ਮਿਲੇ, ਮੂਹੇ ਕੋ ਮੂਹਾ। ਇਸ ਲਈ ਆਪਣਾ ਸਮਾਜ ਘੜਨਾ ਸਿੱਖ ਲਈ ਇਹ ਸੋਚ ਕੇ ਘੜਨਾ ਹੈ ਕਿ ਮੈਂ ਗੁਰੂ ਨਾਲ, ਰੱਬ ਨਾਲ ਜੁੜੇ ਹੋਏ ਲੋਕਾਂ ਨਾਲ ਆਪਣਾ ਸਮਾਜ ਘੜਾਂ, ਤਾਂ ਕਿ ਜੁੜਿਆ ਰਹਾਂ ਇਹਨਾਂ ਸ਼ਬਦਾਂ ਨਾਲ। ਖਿਮਾ ਦਾ ਜਾ ਚੇਕਾਂ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।